ਪਹਿਲਾਂ ਤੁਸੀਂ ਵੇਖੋ ਇਹ ਤਸਵੀਰਾਂ। ਇਹ ਪੂਰਾ ਮਾਮਲਾ ਫਿਰੋਜ਼ਪੁਰ ਦੇ ਜੀਰਾ ਗੇਟ ਦੇ ਰਹਿਣ ਵਾਲੇ ਮਰੀਜ਼ ਦੇ ਮੂੰਹ ਵਿੱਚ ਵਾਲ ਉੱਗਣ ਨਾਲ ਸਾਹਮਣੇ ਆਇਆ ਹੈ। ਜੀ ਹਾਂ, ਤੁਸੀਂ ਠੀਕ ਸੁਣ ਰਹੇ ਹੋ। ਅਕਸਰ ਤੁਸੀਂ ਸਿਰ 'ਤੇ ਜਾਂ ਸਰੀਰ ਦੇ ਬਾਹਰੀ ਅੰਗਾਂ 'ਤੇ ਵਾਲ ਦੇਖੇ ਹੋਣਗੇ, ਪਰ ਮੂੰਹ ਵਿੱਚ ਉੱਗਦੇ ਵਾਲ ਕਦੇ ਨਹੀਂ ਦੇਖੇ ਹੋਣਗੇ, ਜੋ ਕਿ ਇੱਕ ਅਚੰਭੇ ਵਾਲੀ ਗੱਲ ਹੈ, ਜਿਸ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਣਗੇ। ਜਿੱਥੇ ਡਾਕਟਰ ਨੂੰ ਇੱਕ ਰੱਬ ਦਾ ਰੂਪ ਮੰਨਿਆ ਜਾਂਦਾ, ਪਰ ਇਲਾਜ ਦੌਰਾਨ ਲਾਪਰਵਾਹੀਆਂ ਅਕਸਰ ਦੇਖਣ ਨੂੰ ਮਿਲਦੀਆਂ ਨੇ। ਡਾਕਟਰ ਦੀ ਲਾਪਰਵਾਹੀ ਕਾਰਨ ਮਰੀਜ਼ ਦੇ ਮੂੰਹ ਵਿੱਚ ਵਾਲ ਉੱਗਣ ਦੇ ਮਾਮਲੇ ਨੇ ਡਾਕਟਰੀ ਪੇਸ਼ੇ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕੀਤਾ। ਪੀੜਤ ਮਰੀਜ਼ ਗੁਰਨਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ 2 ਸਾਲ ਦੇ ਕਰੀਬ ਪਹਿਲਾਂ ਉਸਦੇ ਮੂੰਹ ਅੰਦਰੋਂ ਤਾਲੂ ਉੱਪਰ ਮਾਮੂਲੀ ਜਿਹਾ ਮਾਂ ਚੜ ਗਿਆ ਸੀ, ਜਿਸ ਕਰਕੇ ਡਾਕਟਰ ਨੇ ਉਸਦੇ ਮੂੰਹ ਵਿੱਚ ਪੱਟ ਦਾ ਮਾਸ ਉਤਾਰ ਕੇ ਲਗਾ ਦਿੱਤਾ ਅਤੇ ਕੁਝ ਦਿਨਾਂ ਬਾਅਦ ਹੀ ਉਸਦੇ ਮੂੰਹ 'ਚ ਵਾਲ ਆਉਣੇ ਸ਼ੁਰੂ ਹੋ ਗਏ। ਮੈਂ ਗੁਰਨਾਮ ਸਿੰਘ ਆਈ ਸਰ, ਮੇਰੇ ਨਾ ਪੈਰਾਂ 'ਤੇ ਮਾਰਿਆ ਗਿਆ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ, ਉਹ 9 ਕੁ ਜਿੰਨਾ ਮਾਸ ਝੜ ਗਿਆ ਸੀ। ਉਸ ਦੀ ਪ੍ਰੋਬਲਮ ਨੂੰ ਮੈਂ ਦਿਖਾਉਣ ਇਹਨਾਂ ਦੇ ਹੋਸਪਿਟਲ ਗਿਆ, ਗੁਰੂ ਰਾਮਦਾਸ ਚੈਰੀਟੇਬਲ। ਇਹਨਾਂ ਡਾਕਟਰਾਂ ਨੇ ਕਿਹਾ ਕੋਈ ਗੱਲ ਨਹੀਂ ਬੇਟੇ, ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ, ਕੁਛ ਨਹੀਂ ਹੋਇਆ। ਮੈਂ ਸਰ ਇਹਨਾਂ ਨੂੰ ਕਿਹਾ ਮੇਰਾ ਕੀ ਹੱਲ ਹੋ ਸਕਦਾ, ਕਿੰਨੇ ਕੁ ਆਪਰੇਸ਼ਨ ਦੇ ਪੈਸੇ ਲੱਗਣਗੇ? ਇਹ ਕਹਿੰਦੇ ਸਰ ਮੈਨੂੰ 35-40 ਹਜ਼ਾਰ ਰੁਪਇਆ ਲੱਗੇਗਾ। ਮੈਂ ਠੀਕ ਹੈ ਸਰ ਜੀ, ਮੈਂ ਨਾ ਸਵੇਰੇ ਪੈਸੇ ਲੈ ਕੇ ਆ ਜਾਂਗਾ। ਮੈਂ ਵੀ ਆਪਣੇ ਘਰ ਦੇ ਪਰਿਵਾਰ ਨਾਲ ਸਲਾਹ ਕੀਤੀ ਕਿ ਡਾਕਟਰ ਇਸ ਤਰ੍ਹਾਂ ਕਹਿੰਦੇ ਵੀ ਇੰਨੇ ਕੁ ਪੈਸੇ ਲੱਗਣਗੇ, ਆਪਾਂ ਚੱਲੀਏ। ਇਹ ਮੇਰੇ ਨਾਲ ਤੁਰੰਤ ਤਿਆਰ ਹੋ ਗਏ। ਇਸ ਦੇ ਬਾਵਜੂਦ, ਜਾਣ ਦੇ ਬਾਵਜੂਦ, ਮੇਰੀ ਘਰ ਦੀ ਨੂੰ ਮੈਡਮ ਨੂੰ ਪੁੱਛਿਆ, ਮੈਡਮ ਇਹਦਾ ਹੱਲ ਕੀ ਹੈ, ਕੀ ਹੋਇਆ ਇਹਨੂੰ? ਇਹਨਾਂ ਨੇ ਰਾਣੇ ਤੋਂ ਰਿਪੋਰਟ ਕਰਾ ਤੀ ਅੰਮ੍ਰਿਤਸਰ ਤੋਂ ਵੀ ਸੈਂਪਲ ਆ, ਸੈਂਪਲ ਦੇ ਵਿੱਚ ਕੁਛ ਵੀ ਨਹੀਂ ਆਇਆ। ਕੈਂਸਰ ਸੀ, ਕੈਂਸਰ ਕਹਿੰਦੇ ਕੈਂਸਰ ਹੈਗਾ, ਕੈਂਸਰ ਪਰ ਆਇਆ ਨਹੀਂ। ਇਹਨਾਂ ਸਰ ਮੇਰੇ ਨਾਲ ਸੈਂਪਲ ਕਢਾ ਕੇ ਥੋੜ੍ਹਾ ਜਿਹਾ ਮੋਰਾ ਬਣ ਗਿਆ, ਸਿਹਤ ਬਣ ਗਿਆ। ਅਸੀਂ ਕਿਹਾ ਜੀ ਇਹਦਾ ਕੀ ਹੱਲ ਹੋਏਗਾ? ਇਹ ਕਹਿੰਦੇ ਜੀ ਤੇਰੇ ਨਾਲ ਸਟੀਲ ਦੀ ਪਲੇਟ ਪਾਈ ਜਾਏਗੀ, ਮੇਰੇ ਭਾਵੇਂ ਮੇਰੀ ਘਰ ਦੀ ਤੋਂ ਹੀ ਪੁੱਛ ਲਓ। ਮੈਡਮ ਕਹਿੰਦੀ ਸਟੀਲ ਦੀ ਪਲੇਟ ਪਏਗੀ, ਅਸੀਂ ਕਿਹਾ ਠੀਕ ਹੈ ਮੈਡਮ ਸਟੀਲ ਦੀ ਪਲੇਟ ਪਾ ਲਓ। ਇਹਨਾਂ ਸਟੀਲ ਦੀ ਪਲੇਟ ਪਾਉਣ ਦੇ ਬਾਵਜੂਦ ਇਹਨਾਂ ਸਟੀਲ ਦੀ ਪਲੇਟ ਨਹੀਂ ਪਾਈ। ਇਹਨਾਂ ਕਿਹਾ ਜੀ ਤੇਰਾ ਪੱਕਾ ਕੰਮ ਕਰ ਦਿੰਦੇ ਆਪਾਂ। ਮੈਂ ਕਿਹਾ ਜੀ ਠੀਕ ਹੈ ਸਰ, ਪੱਕਾ ਕਰ ਦਿਓ, ਮੈਨੂੰ ਤਾਂ ਕੰਮ ਪੱਕਾ ਚਾਹੀਦਾ। ਕਹਿੰਦੇ ਜੀ ਥੋੜ੍ਹੇ ਵਾਲੇ ਪੈਸੇ ਵੱਧ ਲੱਗ ਸਕਦੇ, 5-7 ਹਜ਼ਾਰ। ਮੈਂ ਕੋਈ ਗੱਲ ਨਹੀਂ, ਮੈਂ ਦੇ ਦਿਆਂਗਾ। ਇਹਨਾਂ ਨੇ ਜੀ ਮੇਰਾ ਉੱਪਰਲਾ ਜਬਾੜਾ ਵੀ ਸਹੀ ਸੀ, ਇਹਨਾਂ 11 ਬੰਦ ਮੇਰੇ ਜਬਾੜੇ ਸਮੇਤ ਹੀ ਬਾਹਰ ਕਰਕੇ ਉਹ ਕਿਸ ਦੇਸ਼ 'ਤੇ ਕੱਢਿਆ? ਜੇ ਮੈਨੂੰ ਕੈਂਸਰ ਨਹੀਂ ਹੈਗਾ ਸੀ, ਕੈਂਸਰ ਦਾ ਤਾਂ ਕੋਈ ਵੀ ਇਲਾਜ ਨਹੀਂ ਸੀਗਾ। ਹਾਂ, ਹਜੇ ਵੀ ਮੇਰੇ ਸਰੀਰ 'ਚ ਕੈਂਸਰ ਹੋਇਆ ਜੀ, ਹੋਇਆ ਤਾਂ ਇਹਨਾਂ ਮੇਰਾ ਜਬਾੜਾ ਕੱਢ ਦਿੱਤਾ ਜੀ। ਨਾ ਮੈਂ ਕੁਛ ਖਾ ਸਕਦਾ, ਨਾ ਪੀ ਸਕਦਾ। ਇੱਕ ਜਿਹੜੇ ਮੇਰੇ ਪੱਟਣ ਦਾ ਮਾਸ ਉੱਥੋਂ ਲਾਇਆ ਨਾ ਜੀ, ਉਹਦੇ ਵਿੱਚ ਵਾਲਾਂ ਦੀ ਬੜੀ ਪ੍ਰੋਬਲਮ ਆ ਗਈ। ਮੈਂ ਇਹਨਾਂ ਨੂੰ ਬੇਨਤੀਆਂ ਕਰ ਕਰਕੇ, ਮਿੰਨਤਾਂ ਕਰ ਕਰਕੇ 2.5 ਸਾਲ ਹੋ ਗਏ, ਕਹਿੰਦੇ ਸਾਡੀ ਮਸ਼ੀਨ ਆਉਣੀ ਅਮਰੀਕਾ 'ਚੋਂ, 25 ਕਰੋੜ ਦੀ ਮਸ਼ੀਨ ਹੈ ਜੀ। ਉਹ ਅਜੇ ਤੱਕ ਨਹੀਂ ਆਈ। ਮੈਂ ਸਰ 10 ਬੰਦੇ ਲੈ ਕੇ ਪਰਸੋਂ ਇਹਨਾਂ ਦੇ ਕੋਲ ਗਿਆ, ਇਹਨਾਂ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਕੀਤੀ। ਫਿਰ ਮੈਨੂੰ ਕਹਿੰਦੇ ਚਲੋ ਮੈਂ ਤੁਹਾਡਾ ਲੋਜਰ ਮੈਂ ਕਰਾ ਦਿੰਦਾ। ਮੈਂ ਵੀ ਕਿੰਨੇ ਕੁ ਪੈਸੇ ਲੱਗਣਗੇ? ਕਹਿੰਦੇ ਵੀ ਬਾਹਰੋਂ 1500 ਲੱਗਦਾ, ਤੁਹਾਡੇ ਕੋਲ 1000 ਰੁਪਇਆ ਲੱਗੇਗਾ। ਮੈਂ ਵੀ ਫਰਕ ਸਾਹਿਬ ਵੀ ਫਰਕ ਦਾ ਕੁਛ ਵੀ ਨਾ ਆਇਆ, ਮੈਂ ਤਾਂ ਗਰੀਬ ਬੰਦਾ, ਮੈਂ ਕਿੱਥੋਂ ਲਾਵਾਂ? ਫਿਰ ਕਹਿੰਦੇ ਵੀ ਇਹਦਾ ਕੋਈ ਹੱਲ ਨਹੀਂ ਹੈਗਾ। ਸਰ ਮੈਂ ਤਾਂ ਇਹਨਾਂ ਕੋਲ ਇੱਕੋ ਮੰਗ ਕੇ, ਤੁਸੀਂ ਨਾ ਮੇਰਾ ਮੂੰਹ ਸੈੱਟ ਕਰ ਦਿਓ, ਜਿਵੇਂ ਵੀ ਮੇਰਾ ਜਬਾੜਾ ਕੱਟਿਆ ਉਵੇਂ ਬਣਾ ਕੇ ਲਾ ਦਿਓ। ਇਹ ਪਹਿਲਾਂ ਤਾਂ ਕਹਿੰਦੇ ਸੀ ਤੁਹਾਡੇ ਇਲਾਕੇ ਵੀ ਉਹ ਹੱਡੀ ਕੱਢ ਕੇ ਤੁਹਾਡਾ ਜਬਾੜਾ ਬਣਾ ਦਿਆਂਗੇ, ਇਹੋ ਡਾਕਟਰ ਬਾਅਦ 'ਚ ਮੁੱਕਰ ਕੇ, ਨਹੀਂ ਇਹ ਨਹੀਂ ਹੋ ਸਕਦਾ। ਡਾਕਟਰ ਵਨੀਤਾ ਦਾ ਕਹਿਣਾ ਸੀ ਕਿ ਜਿਹੜਾ ਆਪਰੇਸ਼ਨ ਕਰਕੇ ਮੂੰਹ ਅੰਦਰ ਮਾਸ ਲਗਾਇਆ ਗਿਆ, ਉਸ 'ਤੇ ਵਾਲ ਤਾਂ ਆਉਣਗੇ ਹੀ। ਉਹਨਾਂ ਬੜੀ ਬੇਪਰਵਾਹੀ ਨਾਲ ਕਹਿ ਦਿੱਤਾ ਕਿ ਜੇਕਰ ਥੋੜ੍ਹੇ ਬਹੁਤੇ ਵਾਲ ਆ ਵੀ ਰਹੇ ਨੇ ਤਾਂ ਇਹ 'ਚ ਤਕਲੀਫ ਵੀ ਕੀ ਹੈ।
ਡਾਕਟਰਾਂ ਨੂੰ ਅਜਿਹੇ ਇਲਾਜ ਕਰਦੇ ਸਮੇਂ ਪੂਰੀ ਤਰ੍ਹਾਂ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਪੂਰੇ ਡਾਕਟਰੀ ਪੇਸ਼ੇ ਨੂੰ ਬਦਨਾਮ ਕਰ ਰਹੀਆਂ ਨੇ। ਫਿਰੋਜ਼ਪੁਰ ਤੋਂ ਹਰਪਾਲ ਸਿੰਘ ਜੀਰਾ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।